रहमान रहीम। अस्सलाम वालेकुम तमाम बहन भाइयों, देखिए हाल चाल है, मेरे घर में तुम भी ठीक हो, सो असि भी ठीक ठाक हैं। जीते रहो, खुश रहो, तो आबाद रहो, हंसते रहो, तो मुस्कुराते रहो जी। मैं दुकान पर आ गया जी, तो भाईवाल मेरा काम कर रहा जी। हाँ जी उस्ताद जी, ये कहीं खोल लगा तेन की रोला। हाँ और एक काम कर रहे हैं जी, ट्रैक्टर का वरा शाद सलाब खोल लिया, तो काम कर रहे हैं हूँ, ठीक कर रहे हैं। बिरारी गुरु नवी पा दी थी, की करता है, स्लिप करता है, चलो कर लेना, चेक कर ले, ਕਹਿੰਦਾ ਖਾਈ ਵਾਲੇ ਬੰਦੇ ਆਏ ਤੇ ਉਹਨਾਂ ਦਾ ਹੀ ਚਲੋ ਕਰ ਲੈਣੇ ਆ ਚੈੱਕ ਕਰ ਗਿਆ ਤੁਹਾਨੂੰ ਆ ਗਿਆ ਆ ਜਾ ਰਿਹਾ ਚੱਲੀ ਰੋਟੀ ਖਾਣ ਚਲੋ ਠੀਕ ਸਾਧ ਕਹਿੰਦਾ ਜੀ ਇਹ ਟਰੈਕਟਰ ਪੰਪ ਤੇ ਖੜਾ ਹੁੰਦਾ ਸਲਾਹ ਜੀ ਟਰੈਕਟਰ ਬਹਿਰਾਂ ਦੇ ਕੇ ਮੈਂ ਕਿ ਜਾ ਕੰਮ ਕਰ ਲਓ ਫਿਰ ਚੱਲ ਕੇ ਵੇਖ ਲੈਣਾ ਫਿਰ ਜਾ ਕੇ ਖਾਣਾ ਖਾ ਲਾਂਗੇ ਪਹਿਲਾਂ ਟਰੈਕਟਰ ਦਾ ਕੰਮ ਕਰ ਲਾਂਗੇ ਸਾਜ ਹੋਰਾਂ ਨੇ ਕੰਮ ਕਰ ਲਿਆ ਤੇ ਹੁਣ ਪੀਣ ਲੱਗੇ ਨੇ ਪਾਣੀ ਸਵਰਗਾ ਡਿੱਟ ਨਾਲ ਸਲਾਹ ਕਸਮ ਦੂਸਰਾ ਤਿੰਨ ਪਲੇਟਾਂ ਇੱਕ ਦੁਕਾਨ 'ਚ ਫਿੱਟ ਕਰ ਲਈਆਂ ਅੱਛਾ ਬੈਟਰੀ ਕਿਹੜੀ ਰੱਖੀ ਕਿੰਨੇ ਪਲੇਟ ਰੱਖੀ ਸਿਰਫ ਰਾਤ ਨੂੰ ਨਾ 3 ਘੰਟੇ ਪੱਖਾ ਵੀ ਚੱਲਣਾ ਅਤੇ 6 ਲਾਈਟਾਂ ਚੱਲਣੀਆਂ ਰਾਤ ਇੱਕ ਪੱਖਾ ਚੱਲਣਾ 5 ਵਜੇ ਤੋਂ ਬਾਅਦ 3 ਘੰਟੇ 6, 7, 8 ਇਸ਼ਾ ਵੇਲੇ ਤੀਕਰ ਪੱਖਾ ਚੱਲਣਾ 3 ਪਲੇਟਾਂ ਨਾਲ ਬੈਟਰੀ ਕਿੰਨੇ ਪਲੇਟ ਰੱਖੀ ਉਹ 'ਚ ਇੱਕ ਹੀ ਪਲੇਟ ਰੱਖ ਦੇ ਲਾ ਜਾਊਗੀ ਪੁੱਤਰ ਇੱਕ ਹੀ ਪਲੇਟ ਤਕਰੀਬਨ 6-7 ਘੰਟੇ ਪੱਖਾ ਚੱਲੇ ਸੀ ये अगर छोटी बैटरी रख सो तो मैं से मार के 2-2.5 घंटे चले ना कंट्रोलर ना ड्रैग चला रही है ना वो उनका फायदा ही नहीं लगे थे ना बकवास ही है वो नहीं काम जा रहा है ड्रैग चलाओ दे पक्के ना चलाई रखे हाँ तो रात में बल्ब चलावे बल्ब चला के जना रा पखे चला दे तीन घंटे उन्हें चला 3-4 घंटे हाँ 3-4 घंटे उन्हें मुक देनी की बैटरी कड़ी है ना अच्छी कंपनी की भी ला के रख दी है AGS की बैटरी ला के रख हाँ मैं उन्हें सही काम करेगा हाँ चल ठीक है वो चार एक आंधी तो रसल कासन हो जाए शाम के रात हाँ जी जी तो आ बांझा है साडा तो ये वंगार ते लगा हुआ है तो इस आके छोटे छोटे बच्चे मेरे ही हैं मैं चलो तैनू अद्धी दिहाड़ी दिती करसा क्योंकि साड़ी आदि गुंजाइश नहीं है ना सिर सज्जी दिहाड़ी लाया हूँ तो सज्जी घर का खर्चा मसे हों तो हूँ माशाल्लाह वाह वाह दीवार हो ही खड़ी है हाँ जी अज दीवार मुकम्मल हो गई हाँ जी अभी मुकम्मल हो गई दीवार अल्लाह पाक दा शुकर करना चाहिदा है जिन्ना ही करीब है उन्ना थोड़ा है।
ਤੇ ਅੱਜ ਤਾਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਮੇਰੀ ਦੀਵਾਰ ਹੋ ਗਈ ਹੈ ਤੇ ਪਰਦਾ ਹੋ ਗਿਆ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਅੱਲਾ ਤਾਲਾ ਸਭ ਨੂੰ ਖੁਸ਼ ਰੱਖੇ ਤੇ ਆਬਾਦ ਰੱਖੇ ਤੇ ਬੱਗੀ ਦਾ ਪਾਪਾ ਹੀ ਦੁਕਾਨ ਤੋਂ ਆ ਗਿਆ ਹੈ ਦੇ ਮਾਸ਼ਾਅੱਲਾ ਲਾਏ ਗਿਆ ਹਾਂਜੀ ਤੇ ਬਿਲਕੁਲ ਹਾਂਜੀ ਜੀ ਤੇ ਪਿਛਲੇ ਪਾਸੋਂ ਵੀ ਬੜੀ ਖੂਬਸੂਰਤ ਲੱਗ ਰਹੀ ਹੈ ਅੱਲਾ ਪਾਕ ਦਾ ਸ਼ੁਕਰ ਹੈ ਕਿੱਡੀ ਖੂਬਸੂਰਤ ਲੱਗ ਰਹੀ ਕਿਉਂ ਬੱਗੀ ਹਾਂਜੀ ਜੀ ਤੇ ਮੈਂ ਪਕਾਵੇਂ ਲੱਗੀ ਹਾਂ ਆਲੂ ਬਤਾਉ ਤੇ ਸ਼ਾਮ ਤੱਕ ਕਾਫੀ ਜ਼ਿਆਦਾ ਹੋ ਗਈ ਤੇ ਮੈਂ ਛੇਤੀ ਨਾਲ ਸਾਲਨ ਪਕਾ ਲਵਾਂ ਸਾਲਨ ਪਕਾ ਕੇ ਤੇ ਫਿਰ ਜਿਹੜਾ ਇਹਨਾਂ ਰੋਟੀਆਂ ਪਕਾ ਲੈਸਾਂ ਤੇ ਥੋੜ੍ਹਾ ਜਿਹਾ ਲੱਕੜ ਮੋਟੀ ਲਾਈ ਹੈ ਵੀ ਜਲਦੀ ਹੋ ਜਾਸੀ ਤੇ ਛੱਗੀ ਜਿਹੜੀ ਹੈ ਉਹ ਮੇਰੇ ਕੋਲ ਆ ਖੋ ਰਹੀ ਆ ਛੱਗੂ ਮੈਂ ਛੇਤੀ ਨਾਲ ਰੋਟੀਆਂ ਪਕਾ ਲਵਾਂ ਹੈਂ ਮੁੜ ਤੁਹਾਨੂੰ ਖਵਾਈਨੀ ਆ ਠੀਕ ਹੈ ਬੱਗੀ ਹਾਂਜੀ ਜੀ ਤੇ ਬੱਗੀ ਦਾ ਪਾਪਾ ਹੁਣ ਆਇਆ ਕੰਮ ਤੂੰ ਤੇ ਮੈਂ ਆਖਿਆ ਸਾਰਾ ਦਿਹਾੜੀ ਕੰਮ ਕਰਦੀ ਰਹੀ ਹਾਂ ਤੇ ਹੁਣ ਮੈਂ ਛੇਤੀ ਨਾਲ ਰੋਟੀ ਬਾਜੀ ਦਾ ਕਰ ਲੈਂਦੀ ਹਾਂ ਤੇ ਤੂੰ ਜਲਦੀ ਨਾਲ ਇੱਟੂ ਡੋਲ ਆ ਤੇ ਉਹ ਡੋਂਦਾ ਪਿਆ ਇੱਟੂ ਤੇ ਮੈਂ ਜਿਹੜੀਆਂ ਰੋਟੀ ਬਾਜੀ ਕਰ ਰਹੀ ਹਾਂ ਹਾਂਜੀ ਜੀ ਤੇ ਕੱਪੜੇ ਨਾ ਸਿਰ ਦੇ ਬੇਕ ਰੱਖ ਦਿੱਤੇ ਤੇ ਹੁਣ ਸ਼ਾਮ ਹੋ ਗਈ ਹੁਣ ਤਾਂ ਧੁੱਪੇ ਨਹੀਂ ਜਾਣੇ ਤੇ ਇਸ ਲਈ ਸੁਬਾਹ ਧੋਵਾਂਗੇ ਤੇ ਹੁਣ ਰੋਟੀ ਸਾਲਾਂ ਦਾ ਕਰ ਲੈਂਦੇ ਹਾਂ ਮਾਸ਼ਾਅੱਲਾ ਮਿਸਤਰੀ ਅਜੇ ਤਾਂ ਹੀ ਲੱਗਾ ਹੋਇਆ ਤੇ ਇੱਕ ਵਾਰ ਰਹਿ ਗਿਆ ਅੱਲਾ ਪਾਕ ਕਰ ਸੀ ਜਲਦੀ ਜਲਦੀ ਹੋ ਜਾ ਸੀ ਅੱਲਾ ਪਾਕ ਦਾ ਬਹੁਤ ਬਹੁਤ ਅਹਿਸਾਨ ਹੈ ਜਿੰਨਾ ਖੀਵੇ ਉਤਨਾ ਅਹਿਸਾਨ ਹੈ ਕਿਉਂਕਿ ਨਾ ਸਾਡੇ ਕੋਲ ਆਏ ਪੜਦਾ ਹੋ ਗਿਆ ਹੈ ਅਸਾਂ ਬਹੁਤ ਮਜਬੂਰ ਹੋ ਕੇ ਉਧਾਰ ਚਾਹ ਕੇ ਜਿਵੇਂ ਹੀ ਹੋ ਸਕਿਆ ਕਿਉਂਕਿ ਨਾਵਣ ਦੀ ਵੀ ਜਗ੍ਹਾ ਕੋਈ ਨਹੀਂ ਆਈ ਇੱਧੂ ਵੀ ਦੀਵਾਰ ਕੋਈ ਨਹੀਂ ਆਈ ਇੱਧੂ ਦੀਵਾਰ ਕੋਈ ਨਹੀਂ ਆਈ ਤੇ ਬੰਦਾ ਕੀ ਕਰੇ ਤੇ ਇਸ ਲਈ ਨਾ ਮੈਂ ਆਖਿਆ ਹੋਰ ਨਹੀਂ ਤਾਂ ਕੱਚੀ ਦੀਵਾਰ ਕਰ ਦਿੰਦੇ ਹਾਂ ਤੇ ਕੱਚੀ ਦੀਵਾਰ ਕੀਤੀ ਹੈ ਤੇ ਇੱਟੂ ਲਾ ਕੇ ਆ ਗਿਆ ਤੇ ਇੱਟੂ ਹੇਠਾਂ ਰੱਖ ਦਿੱਤੀਆਂ ਮਿਸਤਰੀ ਲਾਵੇਂ ਲੱਗ ਗਿਆ